अभी सुन रहे हो चावला न्यूज नेटवर्क टोरंटो CNN टोरंटो। मिंडू जी वेलकम जी, आनू स्वागत है, सत श्री अकाल जी। शुक्रिया सारे नू, सत श्री अकाल। मिंडू जी, अक्सर समेदार समय हफ्ते का पहला दिन है, वीकेंड ते मेरा शो नहीं हुंदा, भाई अमृतपाल उन्हां दी जिहड़ी ओ गिरफ्तारी उसनूं लैके खबरां आईयां, उदों बाद जदों उठे खबर पढ़दे पए सां मन हिरदे वलूंदरे जांदे ने, जिस तरीके दे नाल ओह बंदा आउंदा है शरेआम आ के, जिस तरीके दे नाल ओह हरकत करदा है, ओह बेअदबी वाली जिहड़ी वीडियो है, कई तां इसनूं बेअदबी मानदे ही नहीं, आपो अपने तरीके नाल सोशल नैटवर्क मीडिया भी सारे नूं हक अपने विचार रखण दा, पर किसे दीआं भावनावां नूं ठेस ना पहुंचाई जावे। कमेटी की मंग है कि वीडियो हटाई जाए, सेव करने वाले ते कर ली पहुंच गई हुण हर थां ते, भी इस तरीके दे नाल भी कुछ लोग हैगे ने जो हरकतां करदे ने, की कहना चाहो? नहीं देखो, बेअदबी बेअदबी का मतलब है कि जिथे अदब ना हो, अदब ना हो, जिथे सत्कार जिथे जिथे जो मर्यादा है उसनूं तोड़िए तो बेहुरमती है। ਇਹਦੋਂ ਵੱਧ ਕੀ ਹੋਏਗੀ, ਕੋਈ ਬੰਦਾ ਸ਼ੂਜ ਸਮੇਤ ਇੱਕ ਇਸ ਐਸੇ ਇਤਿਹਾਸਕ ਗੁਰਦੁਆਰੇ ਦੇ ਵਿੱਚ ਜਿੱਥੇ ਹਰ ਟਾਈਮ ਸੰਗਤ ਹੁੰਦੀ ਹੈ ਉੱਥੇ ਪਹੁੰਚ ਜਾਂਦਾ, ਗੁਰੂ ਸਾਹਿਬ ਦੇ ਸਰੂਪ ਖਿਲਾਰਦਾ, ਗ੍ਰੰਥੀ ਸਿੰਘ ਜਿਹੜੇ ਕਿ ਗੁਰੂ ਸਾਹਿਬ ਦੀ ਤਾਬਿਆ ਬੈਠੇ ਨੇ, ਜਿਨ੍ਹਾਂ ਦੇ ਨਾਲ ਕੋਈ ਵੈਰ ਵਿਰੋਧ ਹੋ ਨਹੀਂ ਸਕਦਾ, ਜੇ ਹੈ ਵੀ ਤਾਂ ਉੱਥੇ ਗੁਰੂ ਸਾਹਿਬ ਦੀ ਹਜ਼ੂਰੀ 'ਚ ਥੋੜ੍ਹੀ ਹੋ ਸਕਦਾ, ਆ ਕੇ ਪੱਗਾਂ ਲਾ ਦੇਣੀਆਂ, ਘਸੁੰਨ ਮਾਰਦੇ ਨੇ। ਐਦੋਂ ਵੱਧ ਬੇਅਦਬੀ ਕਿਹੜੀ ਹੁੰਦੀ ਆ ਵੀ, ਜੇ ਇਹਨੂੰ ਬੇਅਦਬੀ ਉਹ ਨਹੀਂ ਸਮਝਦੇ ਤੇ ਮੇਰੇ ਖਿਆਲ ਦੇ ਨਾਲ ਉਹਨਾਂ ਨੂੰ ਖੁਦ ਨੂੰ ਸਮਝਣ ਦੀ ਜ਼ਰੂਰਤ ਹੈ ਕਿ ਉਹ ਕੀ ਸਮਝ ਰਹੇ ਆ। ਬਿਲਕੁਲ ਬਿਲਕੁਲ, ਉਹ ਤੇ ਉਹ ਆ ਨਾ ਵੀ ਜਿੱਦਣ ਕਦੇ ਭਰੀ ਭਰੀ ਮਹਿਫਲ ਦੇ ਵਿੱਚ ਪੁੱਤ ਨੇ ਆ ਕੇ ਬਾਪੂ ਦੇ ਠਾਹ ਕਰਕੇ ਮਾਰੀ ਚਪੇੜ, ਤੇ ਜਿਹੜੀ ਪੱਗ ਦੇ ਵਿੱਚ ਸਿਰ ਫਸਾ ਕੇ ਬੈਠਾ ਉਹ ਗਈ, ਉਦੋਂ ਬੇਅਦਬੀ ਮਹਿਸੂਸ ਕਰਨੀ ਹੈ ਕਿ ਅਸੀਂ 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 ਚਾਹੁੰਦੇ ਕਹਿੰਦੇ ਵੀ ਕਿਸੇ ਦਾ ਬੱਚਾ ਕਿਸੇ ਦੀ ਪੱਗ ਲਾਵੇ, ਪਰ ਗੱਲ ਇਹ ਆ ਕਿ ਦੇਖੋ ਮਸਲਾ ਇਹ ਆ ਕਿ ਇੱਥੇ ਜਿਹੜੇ ਸਵਾਲ ਹੋਣੇ ਚਾਹੀਦੇ ਆ, ਬੇਸਿਕ ਸਵਾਲ ਨਹੀਂ ਹੁੰਦੇ, ਪ੍ਰੋਬਲਮ ਪੰਜਾਬੀਆਂ ਦੀ ਇਹ ਆ। ਉਹ ਬੰਦਾ ਉਥੋਂ ਤੱਕ ਬੂਟਾਂ ਸਮੇਤ ਆ ਰਿਹਾ ਸੀਗਾ, ਕਿਸੇ ਨੇ ਦੇਖਿਆ ਦੇਖਿਆ ਬਿਲਕੁਲ। ਹੁਣ ਕਮੇਟੀ ਜੋ ਕਹਿਣ ਰਹੀ ਆ ਕਿ ਵੀਡੀਓ ਹਟਾ ਦਿਓ, ਦੇਖੋ ਸਾਡੇ ਕੋਲ ਸਭ ਤੋਂ ਪਹਿਲਾਂ ਵੀਡੀਓ ਪਹੁੰਚੀਆਂ ਸਨ 12:15 ਡੇਢ ਪੌਣੇ ਦੋ ਵਜੇ। ਅੱਛਾ, ਅਸੀਂ ਉਹ ਵੀਡੀਓ ਪੋਸਟ ਨਹੀਂ ਕੀਤੀ, ਮੇਰੇ ਕੋਲ 6 ਵੀਡੀਓ ਨੇ ਉਹ ਮੇਰੇ ਮੋਬਾਈਲ 'ਚ, ਮੈਂ ਆਪ ਨਹੀਂ ਕੀਤੀ, 6 ਵੀਡੀਓ ਵੱਖ ਵੱਖ ਹੈ, 6 ਵੀਡੀਓ ਜਿਹਦੇ 'ਚ ਉਹਨੂੰ ਕੁੱਟਿਆ ਜਾ ਰਿਹਾ, ਕਿਸੇ ਥਾਂ ਤੇ ਉਹਨੂੰ ਫੜਿਆ ਜਾ ਰਿਹਾ, ਕਿਸੇ ਥਾਂ ਤੇ ਉਹਨੂੰ ਗਾਲਾਂ ਕੱਢੀਆਂ ਜਾ ਰਹੀਆਂ, ਹਾਂਜੀ ਉੱਥੇ। ਤਾਂ ਮਤਲਬ ਕਿ ਇਹ ਚੀਜ਼ ਹੁੰਦੀ ਹੈ ਕਿ ਆਪਣੇ ਆਪ ਤੇ ਬੰਦਾ ਕੀ ਸੋਚਦਾ ਕਿ ਮੈਂ ਕੀ ਪੋਸਟ ਕਰਨਾ, ਸਾਡੇ ਕੋਲ ਬਹੁਤ ਜਾਣਕਾਰੀ ਹੁੰਦੀ ਹੈ, ਅਸੀਂ ਪਬਲਿਕ ਡੋਮੇਨ 'ਚ ਕੀ ਲਿਜਾਣਾ ਹੈ ਉਹ ਦੇਖਣ ਵਾਲੀ ਗੱਲ ਹੁੰਦੀ ਹੈ। ਤਾਂ ਮੇਰੇ ਖਿਆਲ ਦੇ ਨਾਲ ਜਦੋਂ ਇੱਕ ਵਾਰੀ ਚੀਜ਼ ਵਾਇਰਲ ਹੋ ਗਈ, ਹੁਣ ਤੁਸੀਂ ਉਹਨੂੰ ਹਟਾਓਗੇ ਕਿੱਦਾਂ? ਬਿਲਕੁਲ ਹਟਾਉਣਾ ਤੁਹਾਡੇ, ਕਿਉਂਕਿ ਪੰਜਾਬ ਸਰਕਾਰ ਦੇ ਹੱਥ ਨਹੀਂ ਹੈ, ਉਹ ਇੰਡੀਅਨ ਗੌਰਮੈਂਟ ਦੇ ਹੱਥ ਹੈ, ਤੇ ਹਟਾਉਂਦਿਆਂ ਵੀ 10-15 ਦਿਨ ਕਈ ਵਾਰ ਲੱਗ ਜਾਂਦੇ, ਕਈ ਵਾਰ ਹਫ਼ਤਾ ਲੱਗ ਜਾਂਦਾ, ਕਈ ਵਾਰ 4 ਦਿਨ, ਘੱਟੋ ਘੱਟ 3-4 ਦਿਨ ਤਾਂ ਲੱਗਦੇ ਨੇ। ਤਾਂ ਗੱਲ ਇਹ ਆ ਕਿ ਇਹ ਚੀਜ਼ ਤਾਂ ਚਲੋ ਠੀਕ ਹੈ, ਤੁਸੀਂ ਮੰਗ ਕਰ ਦਿੱਤੀ, ਪਰ ਪਹਿਲਾਂ ਇਹ ਤੇ ਦੱਸੋ ਨਾ ਕਿ ਸਾਰਾ ਕੁਛ ਮਤਲਬ ਕਿ ਹੋ ਗਿਆ, ਚਲੋ ਠੀਕ ਆ, ਪਰ ਤੁਸੀਂ ਇਹ ਦੱਸੋ ਕਿ ਤੁਹਾਡੀ ਉੱਥੇ ਨਿਗਰਾਨੀ ਕੀ ਸੀਗੀ, ਕਿਸੇ ਸੇਵਾਦਾਰ ਨੇ ਇਹ ਕਿਉਂ ਨੀ ਵੇਖਿਆ ਉਹ ਬੰਦਾ ਤੁਰਿਆ ਆਊਗਾ ਜਿੱਥੇ ਆਪਾਂ ਮਤਲਬ ਕਿ ਪੈਰ ਧੋਨੇ ਆ, ਠੀਕ ਹੈ, ਉਹ ਉੱਥੋਂ ਲੰਘਿਆ ਹੋਏਗਾ, ਗਾਂ ਕਿਸੇ ਵੀ ਗੁਰੂ ਘਰ ਦੇ ਵਿੱਚ ਮੈਟ ਲੱਗਾ ਹੁੰਦਾ, ਗਾਂ ਦਰਬਾਰ ਸਾਹਿਬ ਸ਼ੁਰੂ ਹੁੰਦਾ, ਉਹ ਉਹਦੀ ਹਦੂਦ ਦੇ ਵਿੱਚ ਜਾ ਕੇ ਫਿਰ ਗਾਂ ਜੰਗਲ, ਕਿਸੇ ਨੇ ਮਤਲਬ ਕਿ ਰੋਕਿਆ ਨਹੀਂ। ਬਿਲਕੁਲ ਬਿਲਕੁਲ, ਐਸੇ ਇੱਕ ਏਡੇ ਵੱਡੇ ਗੁਰੂ ਘਰ ਦੇ ਵਿੱਚ ਜੇ ਤੁਹਾਡੇ ਇਸ ਤਰ੍ਹਾਂ ਦੇ ਪ੍ਰਬੰਧ ਆ, ਤੇ ਫਿਰ ਰੱਬ ਰਾਖਾ ਥੱਲੇ। ਤਾਂ ਗੱਲ ਇਹ ਆ ਕਿ ਇੱਥੇ ਆਪਣੇ ਬੁੱਕਲ ਦੇ ਵਿੱਚ ਝਾਕੋ, ਤੇ ਗੱਲ ਇਹ ਆ ਕਿ ਹੁਣ ਦੇਖੋ ਅਲੱਗ ਅਲੱਗ ਚੀਜ਼ਾਂ ਨੇ, ਉਹਦਾ ਘਰ ਤੋੜ ਦਿੱਤਾ, ਕਹਿੰਦੇ ਜੀ ਸਾਡੇ ਹਵਾਲੇ ਕਰ ਦਿਓ, 4-5 ਕਤਲ ਹੋਏ ਨੇ ਅੱਗੇ, ਬੇਅਦਬੀ ਰੋਕੀ ਨਹੀਂ ਰੁਕੀ, 4-5 ਬੰਦੇ ਮਾਰੇ ਕਿ ਨਿਹੰਗਾਂ ਨੇ ਮਾਰ ਕੇ ਟੰਗ ਦਿੱਤਾ, ਇੱਕ ਬਲਵਿੰਦਰ ਕੌਰ ਮਾਰੀ, ਇੱਕ ਦਰਬਾਰ ਸਾਹਿਬ ਜਿਹੜਾ ਆਇਆ, ਬਿਲਕੁਲ, ਇੱਕ ਕਪੂਰ ਥੱਲੇ ਐਵੇਂ ਹੀ ਰਗੜਤਾ ਸੀਗਾ, ਯਾਨੀ 4-5 ਮਰਡਰ ਹੋ ਗਏ, ਮਤਲਬ ਕਿ ਕੁੱਟ ਕੇ ਮਾਰੇ ਗਏ, ਕੀ ਇਹ ਚੀਜ਼ਾਂ ਬੰਦ ਹੋਈਆਂ? ਸਭ ਤੋਂ ਵੱਡੀ ਗੱਲ ਤੇ ਇਹ ਆ ਕਿ ਇਹ ਬੰਦਾ ਲੋਕਲ ਹੈ, ਅੰਮ੍ਰਿਤਪਾਲ ਸਿੰਘ ਵਾਲਾ ਮਾਮਲਾ ਜਾਂ ਇਹ ਸਾਰੀਆਂ ਚੀਜ਼ਾਂ ਉੱਠ ਰਹੀਆਂ ਉਸੇ ਟਾਈਮ, ਇਹ ਏਡੀ ਵੱਡੀ ਬੇਅਦਬੀ ਦੀ ਘਟਨਾ ਵਾਪਰਦੀ ਹੈ ਉਹਦੇ ਵਿੱਚ। ਪਹਿਲੀ ਗੱਲ ਤੇ ਇਹ ਇਹ
ਸਭ ਤੋਂ ਪਹਿਲਾਂ ਤੇ ਇਹ ਮੰਗ ਬਣਦੀ ਹੈ ਕਿ ਇਹ ਮਨਸ਼ਾ ਤੈਅ ਕਰੋ ਕਿ ਕੀ ਸੀਗੀ। ਹਾਂ ਬਿਲਕੁਲ, ਉਹ ਬੰਦਾ ਉਹਦੀ ਇੱਕ ਵੀਡੀਓ ਮੈਂ ਦੇਖੀ, ਉਹਦੇ ਚੋਂ ਹਰਕਤਾਂ ਹੋਰ ਜਿਹਾ ਕਰ ਰਿਹਾ, ਫੜਿਆ ਹੋਇਆ ਉਹਨੂੰ ਇੱਕ ਕਮਰੇ ਚ ਬੰਦ ਕੀਤਾ ਪਿਆ, ਮਤਲਬ ਕਿ ਉਹਨੂੰ ਡਰਾਮਾ ਕਰ ਰਿਹਾ ਕਿ ਕੀ ਕਰ ਰਿਹਾ ਉਹ। ਉਹ ਸਾਰੀਆਂ ਚੀਜ਼ਾਂ ਪਹਿਲੀ ਗੱਲ ਤੇ ਉਹ ਸਾਫ਼ ਹੋਣੀ ਚਾਹੀਦੀ ਹੈ ਵੀ ਤੁਹਾਡੇ ਕੋਲ ਬੰਦਾ ਰਾਤ ਰਹਿ ਲਿਆ, ਹੁਣ ਸਵੇਰ ਨੂੰ ਤੁਸੀਂ ਦੱਸੋ ਕਿ ਇਹਦੀ ਭਾਵਨਾ ਮਨਸ਼ਾ ਜਾਂ ਸਾਜਿਸ਼ ਕੀ ਸੀਗੀ। ਤੇ ਦੂਜੀ ਗੱਲ ਕਿ ਇਹਦੇ ਵਿੱਚ ਹੁਣ ਪੰਜਾਬ ਸਰਕਾਰ ਇੱਕ ਸਖ਼ਤ ਕਾਨੂੰਨ ਬਣਾ ਦੇਵੇ, ਲਿਆ ਦੇਵੇ ਕਿ ਕਿਸੇ ਵੀ ਧਾਰਮਿਕ ਸਥਾਨ ਤੇ ਕੋਈ ਬੇਅਦਬੀ ਬੇਹਰਮਤੀ ਅੰਜਾਮ ਦਿੰਦਾ ਜਾਂ ਬਾਹਰ ਦਿੰਦਾ ਕਿਸੇ ਧਾਰਮਿਕ ਸਥਾਨ ਦੇ, ਤਾਂ ਉਸ ਬੰਦੇ ਨੂੰ ਆਹ ਸਜ਼ਾ ਹੋਏਗੀ, ਉਹਦੀ ਪ੍ਰੋਪਰਟੀ ਵਗੈਰਾ। ਹੁਣ ਘਰ ਤੋੜਨ ਨਾਲ ਤੇ ਮਸਲਾ ਹੱਲ ਨਹੀਂ ਹੋਣਾ, ਘਰ ਤੋੜ ਦਾ ਪੱਤਰ ਉੱਥੇ ਮੈਂ ਦੇਖ ਰਿਹਾ ਸੀ, ਦੋ ਜਿਹੜਾ ਕੱਲ ਦਾ ਚੈਨਲ ਲਗਾਤਾਰ ਚਲਾਈ ਇਹ ਘਟਨਾ ਜਾ ਰਿਹਾ, ਉਹਨਾਂ ਨੂੰ ਪੈ ਗਏ ਦੋ ਮੁੰਡੇ। ਤੁਸੀਂ ਉਹ ਆਖੇ ਹੁਣ ਉੱਠ ਕੇ ਆ ਗਏ ਜੇ ਟੀ ਆਰ ਪੀ, ਉਹਨਾਂ ਆਖਿਆ ਜੀ ਅਸੀਂ ਤਾਂ ਹੁਣ ਰਾਤ ਨੂੰ ਤੇ ਸੌਣਾ ਹੀ ਆ ਜਾ ਕੇ, ਹੁਣ ਆ ਗਿਆ ਕੱਲ ਸਾਰੀ ਰਾਤ, ਕੱਲ ਸਾਰਾ ਦਿਨ ਕਵਰੇਜ ਕੀਤੀ ਹੈ। ਮਤਲਬ ਕਿ ਇਸ ਤਰ੍ਹਾਂ ਦੀਆਂ ਗੱਲਾਂ ਕਰਨ ਦੀ ਥਾਂ ਤੇ ਜਿਹੜੇ ਹੁਣ ਮੋਤਬਾਰ ਸਿੱਖ ਆ ਉਹ ਇਹੀ ਗੱਲਾਂ ਕਰਨ ਕਿ ਇੱਕ ਤਾਂ ਪਹਿਰੇਦਾਰੀ ਆਪਦੀ ਰੱਖੋ ਫੁੱਲ, ਸਿੱਧੀ ਗੱਲ ਹੈ, ਸਪਸ਼ਟ ਗੱਲ ਆ, ਤੇ ਦੂਜੀ ਕਿ ਸਰਕਾਰ ਨੂੰ ਇੱਕੋ ਗੱਲ ਕਹੋ ਕਿ ਬਈ ਸਾਰੇ ਧਰਮਾਂ ਵਾਸਤੇ, ਕਿਉਂਕਿ ਬੇਅਦਬੀ ਪੰਜਾਬ ਦੀ ਧਰਤੀ ਤੇ ਕਿਸੇ ਵੀ ਧਰਮ ਦੀ ਹੋਏਗੀ ਮਾੜੀ ਆ। ਬਿਲਕੁਲ ਸਹੀ ਗੱਲ, ਜੇ ਈਸਾਈਆਂ ਦੇ ਗਿਰਜਾ ਘਰ ਚ ਹੋਈ ਸੀ ਤੇ ਮੈਂ ਕਿਹਾ ਸੀ ਇਹ ਮਾੜੀ ਆ, ਕਿਹਾ ਸੀ ਆਪਾਂ ਬੇਹੁਰਮਤੀ ਸ਼ਬਦ ਹੀ ਮਾੜਾ ਹੈ। ਵੇਖੋ ਇੱਥੇ ਬੇਹੁਰਮਤੀ ਸ਼ਬਦ, ਮਿੰਟੂ ਜੀ ਇੱਥੇ ਮੰਦਰਾਂ ਦੇ ਵਿੱਚ ਕੋਈ ਸ਼ਬਦਾਵਲੀ ਲਿਖੀ ਜਾਂਦੀ ਹੈ ਨਾ ਭੈੜੀ, ਆਪਾਂ ਉਹਦੀ ਨਿਖੇਧੀ ਕੀਤੀ, ਕ੍ਰਿਟੀਸਾਈਜ਼ ਕੀਤਾ ਵੀ ਨਹੀਂ ਇਹ ਗਲਤ ਆ। ਇੰਟੀਰੀਅਰ ਗੁਰਦੁਆਰਾ ਪ੍ਰਬੰਧਕ ਕਮੇਟੀ ਨੇ ਅਸੀਂ ਇਹ ਖਬਰ ਲਾਈ ਹੈ, ਬਾਰ ਬਾਰ ਲਾਈ ਹੈ ਕਿ ਸਿੱਖ ਹੋਣ ਦੇ ਨਾਤੇ, ਕਮੇਟੀ ਹੋਣ ਦੇ ਨਾਤੇ ਉਹਨਾਂ ਕਿਹਾ ਕਿ $10,000 ਦੇਵਾਂਗੇ ਅਸੀਂ ਇਨਾਮ, ਇਨਾਮ ਕਿ ਉਸ ਬੰਦਿਆਂ ਦੀ ਦੱਸ ਪਾਓ, ਪੁਲਿਸ ਨੂੰ ਫੜਾਓ, ਤਾਂ ਕਿ ਭਾਈਚਾਰੇ ਦੇ ਵਿੱਚ ਇਹ ਵਖਰੇਵੇਂ ਜਿਹੜੇ ਪੈ ਰਹੇ ਨੇ, ਕਿਉਂਕਿ ਉਹਨਾਂ ਦਾ ਜਿਹੜਾ ਨਾਮ ਹੈ ਉਹ ਖਾਲਿਸਤਾਨੀਆਂ ਦੇ ਨਾਂ ਦੇ ਨਾਲ ਜੋੜਿਆ ਜਾ ਰਿਹਾ। ਅਤੇ ਇੰਟੀਰੀਅਰ ਗੁਰਦੁਆਰਾ ਪ੍ਰਬੰਧਕ ਕਮੇਟੀ ਜਿਹੜੀ ਹੈ ਕਹਿੰਦੀ ਅਸੀਂ $10,000 ਦੇਵਾਂਗੇ। ਇਸ ਤਰ੍ਹਾਂ ਦਾ ਮਤਲਬ ਜਿਹੜਾ ਵਾ ਉਹ ਸਰਕਾਰ ਨੂੰ ਸਖ਼ਤ ਐਕਸ਼ਨ ਲੈਣੇ ਚਾਹੀਦੇ ਨੇ, ਕਿਤੇ ਵੀ ਹੋਵੇ, ਚਾਹੇ ਕਿਸੇ ਵੀ ਦੇਸ਼ ਦੇ ਵਿੱਚ ਹੋਵੇ, ਕਿਸੇ ਵੀ ਮਜ਼ਹਬ, ਕਿਸੇ ਵੀ ਧਰਮ ਦੀ। ਜਿਵੇਂ ਆਪਾਂ ਤੁਸੀਂ ਗੱਲ ਕੀਤੀ ਉਦੋਂ ਆਪਾਂ ਚਰਚ ਦੀ ਆਪਾਂ ਕਿੰਨਾ ਚੌੜਾ ਲੰਬੀ ਚੌੜੀ ਗੱਲ ਕੀਤੀ, ਮੰਦਰਾਂ ਦੇ ਵਿੱਚ ਹੋਈ ਆਪਾਂ ਕਿੰਨੀ ਚੌੜੀ ਲੰਬੀ ਚੌੜੀ ਗੱਲ ਕੀਤੀ ਕਿ ਨਹੀਂ ਇਹ ਮਾੜਾ ਗੱਲ ਹੈ, ਮਾੜੀ ਗੱਲ ਹੈ, ਇਹ ਨਹੀਂ ਹੋਣਾ ਚਾਹੀਦਾ। ਹਾਂਜੀ ਹਾਂਜੀ, ਨਹੀਂ ਨਹੀਂ ਗੱਲ ਤਾਂ ਉਹੀ ਹੈ ਨਾ ਕਿ ਚਲੋ ਜੇ ਕੋਈ ਸਾਜਿਸ਼ ਕਰਦਾ ਹੈ, ਫਰਜ਼ ਕਰੋ ਕੋਈ ਸਾਜਿਸ਼ ਕਰਦਾ ਕਿਸੇ ਬਦਨਾਮ ਵਰਗ ਨੂੰ ਕਿਸੇ ਬਦਨਾਮ ਕਰਨ ਲਈ, ਤਾਂ ਉਹ ਵੀ ਸਰਕਾਰ ਦਾ ਫਰਜ਼ ਬਣਦਾ ਬਿਲਕੁਲ ਨੰਗੇ ਕਰਨ, ਉਸ ਸਾਜਿਸ਼ ਦਾ ਪਰਦਾ ਫਾਸ਼ ਕਰੋ। ਤਾਂ ਗੱਲ ਇਹ ਆ ਕਿ ਇਹ ਇਹ ਘਟਨਾਵਾਂ ਨਹੀਂ ਰੁਕ ਰਹੀਆਂ, ਇਹ ਸਿਲਸਿਲਾ ਬੰਦੇ ਮਾਰ ਕੇ ਵੀ ਨਹੀਂ ਰੁਕਿਆ, ਠੀਕ ਹੈ, 4-5 ਬੰਦੇ ਮਰੇ ਆ, ਤਦ ਵੀ ਨਹੀਂ ਰੁਕ ਰਿਹਾ। ਤਾਂ ਇਹਦੇ ਨਾਲੋਂ ਚੰਗਾ ਕਿ ਇੱਕ ਤਾਂ ਆਪਣੇ ਗੁਰੂ ਘਰ ਦੇ ਜਿਹੜੇ ਪ੍ਰਬੰਧ ਆ ਉਸ ਨੂੰ ਵਧੀਆ ਕਰੋ, ਸਖ਼ਤ, ਵਧੀਆ ਤੋਂ ਭਾਵ ਕਿ ਸਖ਼ਤ ਕਰੋ, ਜੱਤੋ ਪਰ ਤਿਆਰ ਬਾਰ ਤਿਆਰ, ਮਤਲਬ ਕਿ ਸਿੰਘ ਉੱਥੇ ਦੋ ਹੋਣੇ ਚਾਹੀਦੇ ਆ। ਜਿਹੜਾ ਕੋਈ ਇਸ ਤਰ੍ਹਾਂ ਦਾ ਲੱਗਦਾ ਹੁਣ, ਮੈਂ ਨਹੀਂ ਕਹਿੰਦਾ ਵੀ ਖੜੇ ਪੈਰ ਬਿਨਾਂ ਕਿਸੇ ਗੱਲ ਤੋਂ ਉਹਦਾ ਸਿਰ ਕਲਮ ਕਰ ਦਿਓ, ਪਰ ਉਹਨੂੰ ਰੋਕਿਆ ਜਾ ਸਕਦਾ ਹੈ, ਰੋਕਿਆ ਜਾ ਸਕਦਾ ਬਿਲਕੁਲ ਜੇ ਕੋਈ ਵੀ ਲੱਗਦਾ। ਪਰ ਮੈਂ ਖੁਦ, ਅਸੀਂ ਤੇ ਆਪ ਅਰਧ ਪਾਗਲ ਰਹੇ ਹਾਂ ਕਿਸੇ ਸਮੇਂ। ਸਾਡੇ ਇੱਥੇ ਗੁਆਂਢ ਪਿੰਡ ਦੇ ਵਿੱਚੋਂ ਆਉਂਦਾ ਸੀਗਾ ਇੱਕ, ਮਤਲਬ ਕਿ ਬਜ਼ੁਰਗ ਸੀਗਾ ਥੋੜਾ ਸਾਡੇ ਨਾਲ, ਅਸੀਂ ਉਹਦੇ ਨਾਲ ਹੀ ਤੁਰੇ ਫਿਰਦੇ ਹੁੰਦੇ ਸੀਗੇ। ਅਸੀਂ ਰੋਟੀ ਘਰਾਂ ਚੋਂ ਰੋਟੀ ਨਹੀਂ ਸੀ ਖਾਂਦੇ ਹੁੰਦੇ, ਰੋਟੀ ਸਾਡੇ ਪਿੰਡ ਗੁਰੂ ਘਰ ਆ ਬਹੁਤ ਵੱਡਾ, ਅਸੀਂ ਜਦੋਂ ਲੰਗਰ ਛਕਣ ਜਾਣਾ ਉਹ ਵੀ ਨਾਲ ਸਾਡੇ ਜਾਂਦਾ ਹੁੰਦਾ ਸੀਗਾ ਜਿਹੜਾ ਬਿਲਕੁਲ ਮੈਂਟਲੀ ਅਪਸੈਟ ਸੀ। ਪਰ ਉਹ ਸਭ ਤੋਂ ਪਹਿਲਾਂ ਉੱਥੇ ਰੁਮਾਲੇ ਪਏ ਹੁੰਦੇ ਸਾਡੇ ਬਾਹਰ, ਸਭ ਤੋਂ ਪਹਿਲਾਂ ਜਾ ਕੇ ਉਹ ਰੁਮਾਲਾ ਚੱਕਦਾ ਹੁੰਦਾ ਸੀ ਤੇ ਇਹਨੇ ਸਿਰ ਤੇ ਬੰਨਣਾ, ਫਿਰ ਹੈਂਡ ਵਾਸ਼ ਕਰਨੇ। ਉਹ ਸਾਡੇ ਨਾਲ ਉਹ ਦੋ ਰੱਤੀਆਂ ਸਿਆਣਾ ਸੀ ਇਸ ਮਾਮਲੇ ਚ, ਜਿਸ ਨੂੰ ਪਾਗਲ ਕਹਿੰਦੇ ਸੀ। ਮੈਂ ਹੁਣ ਨਾਮ ਨਹੀਂ ਲੈ ਸਕਦਾ, ਮਾਈਕ ਤੇ ਮੇਰੇ ਪਿੰਡਾਂ ਵਾਲੇ ਸਮਝ ਜਾਣਗੇ, ਸ਼ਾਮ ਖੇੜਦਾ ਹੁੰਦਾ ਸਨ। ਤਾਂ ਗੱਲ ਇਹ ਆ ਕਿ ਬਈ ਮਤਲਬ ਇਹ ਚੀਜ਼ ਕਿ ਆਹ ਅਸੀਂ ਨਵੀਂ ਦੇਖ ਰਹੇ ਹਾਂ, ਪਹਿਲਾਂ ਕਿਹੜਾ ਸਾਡੇ ਇੱਥੇ ਪਾਗਲ ਨਹੀਂ ਸੀ ਹੁੰਦੇ, ਪਹਿਲਾਂ ਕਿਹੜੇ ਸਾਡੇ ਇੱਥੇ ਮਤਲਬ ਕਿ ਮਾਨਸਿਕ ਤਣਾਅ ਚੋਂ ਨਹੀਂ ਸਨ ਲੋਕ ਗੁਜ਼ਰਦੇ, ਇਹ ਬੇਅਦਬੀਆਂ ਕਿਉਂ ਹੋ ਰਹੀਆਂ ਨੇ? ਇਹਦਾ ਸਵਾਲ ਦਾ ਜਵਾਬ ਲੱਭਣ ਉਹ ਠੀਕ ਹੈ, ਜ਼ਰੂਰੀ ਹੈ, ਪਰੰਤੂ ਆਪਣੀ ਨਿਗਰਾਨੀ ਵਧਾਉਣ ਦੀ ਵੀ ਲੋੜ ਹੈ। ਕਿਉਂਕਿ ਦੇਖੋ ਤੁਹਾਨੂੰ ਵਾਰ ਵਾਰ ਕਰਨਗੇ, ਤੁਸੀਂ ਹਿੰਸਕ ਹੋਵੋਗੇ, ਤੁਹਾਨੂੰ ਤੁਹਾਡੀ ਤੁਹਾਡੀ ਪੇਸ਼ਕਾਰੀ ਇਹ ਕਰਨੀ ਚਾਹੁੰਦੇ ਆ, ਬਿਲਕੁਲ, ਤੁਹਾਨੂੰ ਕਿਸੇ ਨਾ ਕਿਸੇ ਘਟਨਾ ਚੁਲ ਜਾ ਕੇ ਤੁਸੀਂ ਤੁਸੀਂ ਰਿਐਕਟ ਕਰੋਗੇ, ਵਾਇਲੈਂਸ ਕਰੋਗੇ, ਇਹੀ ਚੀਜ਼ ਚਾਹੁੰਦੇ ਆ, ਬਿਲਕੁਲ, ਕਿਉਂਕਿ ਤੁਹਾਡਾ ਅਕਸ ਤੁਹਾਡੇ ਹੱਥੋਂ ਹੀ ਮਰਵਾਉਣਾ ਬਸ। ਬਿਲਕੁਲ, ਸੀ ਜਮਾਰ 320 ਮੀਟਰ ਬੈਂਡ ਰੇਡੀਓ ਪ੍ਰੋਗਰਾਮ ਰਗਲਾ ਪੰਜਾਬ, ਔਰ ਇਤਿਹਾਸਕ ਜਗ੍ਹਾ ਹੈ, ਕਈ ਮੰਦਬੁੱਧੀ ਜਗ੍ਹਾ ਦੇ ਉੱਤੇ ਵੀ ਟਿੱਪਣੀਆਂ ਕਰ ਰਹੇ ਸੋਸ਼ਲ ਨੈਟਵਰਕ ਕਮੇਟੀ ਤੇ। ਚਲੋ ਖੈਰ, ਆਪਾਂ ਅੱਗੇ ਵੱਧਦੇ ਹਾਂ।
ਪਤਾ ਲੱਗਾ ਕਿ ਸਰਦਾਰ ਪ੍ਰਕਾਸ਼ ਸਿੰਘ ਬਾਦਲ ਹੁਣੀ ਜੋ ਹੋਸਪਿਟਲ ਗਏ ਸੀ, ਖਬਰ ਆਈ ਸੀਗੀ ਕਿ ਉਹ ਮਤਲਬ ਠੀਕ ਨੇ, ਪਰ ਬਾਅਦ ਹਾਲਤ ਕਹਿੰਦੇ ਹੋਰ ਨਾਜ਼ੁਕ ਬਣਦੀ ਜਾ ਰਹੀ ਹੈ, ਕੀ ਸਥਿਤੀ ਹੈ? ਕਿਉਂਕਿ ਤੁਸੀਂ ਉਹਨਾਂ ਪਿੰਡਾਂ ਦੇ ਵਿੱਚ ਦੇ ਹੋ। ਉਹਨਾਂ ਦੀ ਉਮਰ ਜਿਹੜੀ ਹੈ ਨਾ ਚਾਵਲਾ ਸਾਹਿਬ, ਉਹ ਉਮਰ ਆ ਕਿ ਉਹਦੇ ਵਿੱਚ ਰਿਕਵਰੀ ਬਹੁਤ ਔਖੀ ਹੈ, ਔਖੀ ਹੁੰਦੀ ਹੈ ਜੀ, ਬਿਲਕੁਲ। ਬਾਡੀ ਦੀ ਰਿਕਵਰੀ 95 ਸਾਲ ਦੀ ਉਮਰ ਚ ਕਰਨੀ ਬਹੁਤ ਔਖੀ ਹੋ ਜਾਂਦੀ ਹੈ। ਤੋ ਇਸ ਕਰਕੇ ਹੁਣ ਦੇਖੋ ਹਾਲਾਤ, ਕੋਈ ਤਾਂ ਰਿਪੋਰਟਾਂ ਕਰੀਆਂ ਕਿ ਠੀਕ ਹੈ ਜੀ ਇੱਦਾਂ, ਪਰ ਜਿਵੇਂ ਆਪਾਂ ਸਮਝ ਸਕਦੇ ਹਾਂ ਕਿ 7-8 ਦਿਨ ਹੋ ਗਏ ਨੇ ਅਮਿਤ ਸ਼ਾਹ ਤੋਂ ਲੈ ਕੇ ਰਾਜਨਾਥ ਸਿੰਘ, ਮਾਇਆਵਤੀ, ਇਹ ਸਾਰਿਆਂ ਦਾ ਹਾਲ ਚਾਲ ਪੁੱਛਣਾ, ਇਹਦਾ ਮਤਲਬ ਕਿ ਸਥਿਤੀ ਜਿਹੜੀ ਹੈ ਉਹ ਸਿਹਤ ਦੇ ਪੱਖੋਂ ਠੀਕ ਨਹੀਂ ਹੈ। ਚਲੋ ਅਸੀਂ ਤੇ ਦੁਆ ਕਰਦੇ ਹਾਂ ਕਿ ਸਾਰੇ ਸਿਹਤਯਾਬ ਰਹਿਣ, ਪਰੰਤੂ ਇਹ ਕਿ ਇਹ ਸੱਚ ਹੈ, ਦੁਨੀਆਂ ਦਾ ਅਟਲ ਸੱਚ ਹੈ ਕਿ 95 ਸਾਲ ਦੀ ਉਮਰ ਚ ਬਾਡੀ ਦੀ ਜਿਹੜੀ ਰਿਕਵਰੀ ਹੁੰਦੀ ਹੈ ਬਹੁਤ ਮੁਸ਼ਕਲ ਜਾਂ ਬਹੁਤ ਸਲੋ ਹੁੰਦੀ ਹੈ ਜੀ। ਸੋ ਇਸ ਕਰਕੇ ਇਲਾਜ ਚ ਮਤਲਬ ਕਿ ਕੋਈ ਕੁਤਾਹੀ ਨਹੀਂ ਹੈ, ICU ਚ ਸੀਗੇ ਤੇ ਡਾਕਟਰਾਂ ਦੀ ਨਿਗਰਾਨੀ ਹੇਠ ਆ ਜੀ ਛੱਤੋ ਪੈਰ। ਇਹਦਾ ਮਤਲਬ ਕਿ ਹਾਲਾਤ ਸਿਹਤ ਪੱਖੋਂ ਬਾਦਲ ਸਾਹਿਬ ਦੇ ਠੀਕ ਨਹੀਂ ਹੈ, ਪਰ ਫਿਰ ਵੀ ਚਲੋ ਆਪਾਂ ਕਹਿੰਦੇ ਹਾਂ ਕਿ ਸਿਹਤਯਾਬ ਹੋਣ, ਪਰ ਗੱਲ ਇਹ ਆ ਕਿ ਇਹ ਸੱਚਾਈ ਆ, ਇਹਨੇ ਬੁਢਾਪੇ ਚ ਆ ਕੇ ਨਾ ਰਿਕਵਰੀ ਜਿਹੜੀ ਬਹੁਤ ਮੁਸ਼ਕਲ ਹੋ ਜਾਂਦੀ ਜੀ, ਮਿਰਕਲ ਹੋ ਜਾਂਦੇ ਨੇ ਜੀ ਕਿਸੇ ਵੇਲੇ। ਚਲੋ ਮਹਾਰਾਜ ਉਹਨਾਂ ਨੂੰ ਚੜ੍ਹਦੀਆਂ ਕਲਾ ਤੰਦਰੁਸਤੀਆਂ ਬਖਸ਼ੇ। ਭਾਈ ਅੰਮ੍ਰਿਤਪਾਲ ਹੁਣਾਂ ਦੀ ਸਟੋਰੀ ਵੀਕਐਂਡ 'ਤੇ ਆਈ ਹੈ ਔਰ ਗੁੱਡ ਮਾਰਨਿੰਗ ਸ਼ੋਅ ਦੇ ਵਿੱਚ ਕੱਲ੍ਹ ਸੈਟਰਡੇ ਸੰਡੇ ਅਰਸ਼ ਹੁਣਾਂ ਨੇ ਵੀ ਕਵਰ ਕੀਤੀ ਆਪਣੇ ਤਰੀਕੇ ਦੇ ਨਾਲ। ਭਾਈ ਅੰਮ੍ਰਿਤਪਾਲ ਉਹਨਾਂ ਦੀ ਜਿਹੜੀ ਜਾਣਕਾਰੀ ਹੈ, ਜਿੱਥੇ ਇੰਨੀ ਵੱਡੀ ਸਟੋਰੀ ਹੈ ਉਹਦੇ 'ਤੇ ਕੀ ਕਹਿਣਾ ਚਾਹੋਗੇ ਤੁਸੀਂ? ਨਹੀਂ ਜਿਹੜੀ ਜਾਣਕਾਰੀ ਆ, ਜਾਣਕਾਰੀ ਦੇਖੋ, ਜਾਣਕਾਰੀ ਸਾਰੀ ਜਿਹੜੀ ਹੁੰਦੀ ਹੈ ਨਾ, ਹੁਣ ਜਿੱਦਾਂ ਇਹ ਮਾਮਲੇ ਆ NSA ਵਾਲੇ, ਕਈ ਲੋਕ ਜਿਹੜੇ ਨੇ ਉਹ ਸਵਾਲ ਚੁੱਕਦੇ, ਵੈਸੇ ਉਹ ਗਲਤ ਨਹੀਂ ਹੁੰਦੇ, ਉਹਨਾਂ ਦੇ ਸਵਾਲ ਆਪਣੀ ਜਗ੍ਹਾ ਠੀਕ ਹੁੰਦੇ। ਮੈਂ ਕਦੇ ਵੀ ਸਵਾਲਾਂ ਨੂੰ ਮਤਲਬ ਇਹ ਨਹੀਂ ਹੈਗਾ ਕਿ ਕਹਿ ਦਵਾਂ ਵੀ ਇਹ ਬੇਵਕੂਫ ਲੋਕ ਨੇ, ਨਹੀਂ। ਸੋ ਕਈ ਲੋਕ ਇਹ ਸਵਾਲ ਚੁੱਕਦੇ ਆ ਕਿ ਜੇ ਅੰਮ੍ਰਿਤਪਾਲ ਸਿੰਘ ਵਾਕਿਆ ਏਡਾ ਵੱਡਾ ਦੋਸ਼ੀ ਇਹਨਾਂ ਦਾ, ਤੇ ਇਹਦਾ ਰਿਮਾਂਡ ਕਿਉਂ ਨਹੀਂ ਲਿਆ ਪੰਜਾਬ ਪੁਲਿਸ ਨੇ? ਬੇਸਿਕਲੀ ਕਈ ਜਰਨਲਿਸਟ ਵੀ ਸਵਾਲ ਚੁੱਕਦੇ ਆ, ਤਾਂ ਉਹਦੇ ਚ ਕਾਨੂੰਨੀ ਨੁਕਤਾ ਇਹ ਆ ਕਿ ਅਸਲ ਚ ਕੀ ਹੁੰਦਾ ਕਿ ਇਹੋ ਜਿਹੜੇ ਇਸ ਤਰ੍ਹਾਂ ਦੇ ਮਾਮਲੇ ਆ ਕਿ ਜਿਹਦੇ ਚ ਜਿਹੜਾ ਮੁਲਜ਼ਮ ਹੁੰਦਾ ਉਹਨੂੰ ਨਾਲ ਦੀ ਨਾਲ ਬਹੁਤ ਦੂਰ ਭੇਜਣਾ ਹੁੰਦਾ। ਦੂਰ ਭੇਜਣ ਦਾ ਮਤਲਬ ਇਹ ਆ ਕਿ ਉੱਥੇ ਸਿੱਖ ਨਹੀਂ ਹੈਗੇ, ਵੀ ਕੱਲ ਨੂੰ ਲਾਮਬੰਦੀ ਕੋਈ ਹੋ ਕੇ ਕੋਈ ਪ੍ਰਦਰਸ਼ਨ ਜਾਂ ਜਿੱਦਾਂ ਕਹਿ ਲਓ ਬਈ ਕੋਈ ਜੇਲ੍ਹ ਦੇ ਖਿਲਾਫ ਜਾਂ ਕੋਈ ਭੱਜਣ ਭਜਾਉਣ ਵਾਲਾ ਮਸਲਾ ਉਹ ਚੀਜ਼ ਹੈ, ਪਰ ਇਹਦਾ ਮਤਲਬ ਇਹ ਨਹੀਂ ਹੈ ਕਿ ਪੁੱਛ ਗਿੱਛ ਖਤਮ ਹੋ ਗਈ ਆ। ਪੁੱਛ ਗਿੱਛ ਜੇਲ੍ਹ ਦੇ ਵਿੱਚ ਹੋ ਸਕਦੀ ਹੈ, ਬਕਾਇਦਾ ਏਜੰਸੀਆਂ ਜਿਹੜੀਆਂ ਪੁੱਛ ਗਿੱਛ ਕਈ ਦਿਨ ਜਾਂ ਕਈ ਹਫ਼ਤਿਆਂ ਤੱਕ ਕਰ ਸਕਦੀਆਂ, ਤੇ ਉਹਦੀ ਤਿਆਰੀ ਆ। ਹੁਣ ਸਾਰੀ ਜਾਣਕਾਰੀ ਦਾ ਜਿਹੜਾ ਇਹਨਾਂ ਦਾ ਇਹਨਾਂ ਦੇ ਕੋਲ ਪਿਆ, ਕਿਉਂਕਿ ਮੁਕੱਦਮੇ ਇੱਥੋਂ ਦੇ ਨੇ, NSA ਜਿਹੜਾ ਉਹ ਅੰਮ੍ਰਿਤਸਰ ਦੇ ਡਿਪਟੀ ਕਮਿਸ਼ਨਰ ਨੇ ਲਾਇਆ ਪਿਆ, ਕਿਉਂਕਿ NSA ਡਿਪਟੀ ਕਮਿਸ਼ਨਰ ਦੀ ਮਨਜ਼ੂਰੀ ਤੋਂ ਬਗੈਰ ਲੱਗ ਨਹੀਂ ਸਕਦਾ। ਸੋ ਇੱਥੋਂ ਸਾਰੇ ਕਾਗਜ਼ ਜਾਣੇ ਆ, ਸਾਰੇ ਕਾਗਜ਼ ਇੱਥੋਂ ਜਾਣਗੇ, ਯਾਨੀ ਜਿਹੜਾ ਇਹਦਾ ਹੋਰ ਕੋਈ ਡਾਟਾ ਹੈਗਾ ਅੰਮ੍ਰਿਤਪਾਲ ਦਾ ਕਿ ਬਈ ਕਿੰਨੇ ਕੇਸ ਨੇ, ਕਿੰਨੇ ਮਤਲਬ ਕਿ ਹੋਰ ਸ਼ੱਕੀ ਐਂਗਲ ਨੇ, ਐਂਗਲ ਤਾਂ ਦੇਖੋ ਇਹ ਤਾਂ ਮੇਰੀ ਮਨ ਸੋਚ ਹੈਗੀ ਆ, ਐਂਗਲ ਤਾਂ ਬਹੁਤ ਵੱਡੇ ਬਣਨਗੇ। ਇਹ ਮੈਂ ਗੱਲ ਇਸ ਕਰਕੇ ਕਹਿ ਰਿਹਾ ਕਿਉਂਕਿ ਉਹ ਬਹੁਤ ਵੱਡਾ ਕੇਸ ਬਣਾ ਕੇ ਪੇਸ਼ ਕਰਨਾ ਹੀ ਕਰਨਾ ਕੋਰਟ ਦੇ ਵਿੱਚ ਉਹਨਾਂ ਨੇ। ਤੋ ਇਸ ਕਰਕੇ ਉਹ ਸਾਰੀ ਜਿਹੜੀ ਬੇਸਿਕ ਜਾਣਕਾਰੀ ਹੈ, ਕਿੰਨੇ ਮੁਕੱਦਮੇ ਨੇ, ਕਿੰਨੇ ਪੈਂਡਿੰਗ ਨੇ, ਕਿੰਨਿਆਂ 'ਚ ਗ੍ਰਿਫਤਾਰੀ ਅਜੇ ਪੈਣੀ ਆ, ਬਕਾਇਦਾ ਤੌਰ 'ਤੇ ਉਹ ਸਾਰਾ ਕੁਛ ਜਿਹੜਾ ਉਹ ਜਾਏਗਾ ਏਜੰਸੀਆਂ ਕੋਲ, ਤੇ ਏਜੰਸੀਆਂ ਫਿਰ ਪੁੱਛ ਗਿੱਛ ਕਰਨਗੀਆਂ। ਉਸ ਤੋਂ ਬਾਅਦ ਫਿਰ ਕਿਹੜੇ ਕਿਹੜੇ ਮੁਕੱਦਮੇ ਲੱਗਦੇ ਨੇ ਉਹ ਬਾਅਦ 'ਚ ਪਤਾ ਲੱਗੇਗਾ। ਮੁਕੱਦਮੇ ਤਾਂ ਲੱਗਣਗੇ ਓਬੀਅਸ ਹੈ, ਕਿਉਂਕਿ NSA ਤੱਕ ਨਹੀਂ ਰਹਿੰਦਾ ਕੰਮ, ਇਹ ਗਾਂਹ ਵੀ ਲੱਗਣਗੇ। ਬਿਲਕੁਲ, ਉਹ ਕਿਹੜੇ ਕਿਹੜੇ ਲਾਉਂਦੇ ਨੇ ਉਹ, ਕਿਉਂਕਿ ਅਖਬਾਰਾਂ ਅਖਬਾਰਾਂ ਤਾਂ ਲਿਖੀ ਜਾਂਦੀਆਂ ਨੇ ਲੰਬੇ ਸਮੇਂ ਤੋਂ। ਬਿਲਕੁਲ, ਔਰ ਜਿਨ੍ਹਾਂ ਨਾਲ ਮੁਲਾਕਾਤ ਹੋਈ ਹੈ ਔਰ ਸੰਤ ਜਰਨੈਲ ਸਿੰਘ ਉਹਨਾਂ ਨੂੰ ਮੱਥਾ ਟੇਕ ਕੇ ਅਤੇ ਫਿਰ ਗ੍ਰਿਫਤਾਰੀ ਦਿੱਤੀ ਗਈ ਹੈ, ਔਰ ਉਹਦੇ ਨਾਲ ਭਾਈ ਜਸਬੀਰ ਸਿੰਘ ਰੋਡੇ ਹੋਣਾ ਦਾ ਜਿਹੜਾ ਬਿਆਨ ਹੈ ਉਹ ਦੋ ਅਖਬਾਰਾਂ ਨੇ ਕੁਝ, ਦੂਜੀਆਂ ਨੇ ਕੁਝ, ਤੀਜੀ ਨੇ ਕੁਝ, ਅਤੇ ਭਾਈ ਜਸਬੀਰ ਸਿੰਘ ਰੋਡੇ ਹੋਣਾ ਬਾਰੇ ਜਿਹੜੀ ਤੁਸੀਂ ਕਹਿੰਦੇ ਕਿ ਡਿਫਰੈਂਟ ਐਂਗਲ ਹੈ, ਅਤੇ ਉਸ ਐਂਗਲ ਨੂੰ ਜੇਕਰ ਪੜ੍ਹਨਾ ਹੋਵੇ ਖੁੱਲ੍ਹੇ ਭੇਤ ਓਪਨ ਸੀਕਰਟ ਮਲਾਈ ਕ੍ਰਿਸ਼ਨ ਧਰ ਦੀ ਕਿਤਾਬ ਪੜ੍ਹ ਲਓ। ਉਸ ਨੂੰ ਪੜ੍ਹਨ ਤੋਂ ਬਾਅਦ ਮੈਂ ਜਸਬੀਰ ਸਿੰਘ ਰੋਡੇ ਉਹਨਾਂ ਨੂੰ ਕਾਲ ਕਰ ਲਿਆ ਸੀ, ਅਤੇ ਕਾਫੀ ਚਰਚਾ ਦੇ ਵਿੱਚ ਰਹੀ ਸੀ ਇੰਟਰਵਿਊ ਉਦੋਂ,
ਜਵਾਬ ਹੈ ਨਹੀਂ ਸੀ। ਮੈਂ ਕਿਹਾ ਜੀ ਜਿਹਨੇ ਪਬਲਿਸ਼ ਕੀਤੀ ਹੈ ਉਹਨਾਂ 'ਤੇ ਕਿਉਂ ਨਹੀਂ ਮੁਕੱਦਮਾ ਤੁਸੀਂ ਦਰਜ ਕਰਦੇ? ਭਾਈ ਮਨਜੀਤ ਸਿੰਘ ਉਹਨਾਂ ਨੂੰ ਵੀ ਕਿਹਾ ਸੀ ਵੀ ਉਹਨਾਂ ਨੇ ਤੁਹਾਨੂੰ ਇਸ ਤਰੀਕੇ ਦੇ ਨਾਲ ਲਿਖਿਆ ਤੁਹਾਡੇ ਬਾਰੇ, ਅਸੀਂ ਤਾਂ ਸਵਾਲ ਪੁੱਛਾਂਗੇ। ਇਹ ਸੋਸ਼ਲ ਨੈਟਵਰਕ ਮੀਡੀਆ ਜੰਮਿਆ ਨਹੀਂ ਸੀ ਉਦੋਂ ਦੀ ਗੱਲ ਆ। ਵੋਇਸ ਆਫ ਸਿਟੀ 1320 AM ਚਾਵਲਾ ਨਿਊਜ਼ ਨੈਟਵਰਕ। ਉਹਨਾਂ ਨੇ ਆਪਦਾ ਉਲਝਾਅ ਆਪ ਹੀ ਪੈਦਾ ਕੀਤਾ। ਇੱਕ ਬਿਆਨ 'ਚ ਕਹਿ ਰਹੇ ਨੇ ਕਿ ਮੈਨੂੰ ਪੁਲਿਸ ਨੇ ਦੱਸਿਆ, ਦੂਜੇ 'ਚ ਕਹਿ ਰਹੇ ਨੇ ਕਿ ਗ੍ਰੰਥੀ ਸਿੰਘ ਨੇ ਦੱਸਿਆ, ਇੱਕ 'ਚ ਕਹਿ ਰਹੇ ਨੇ ਮੈਨੂੰ ਰਾਤ ਨੂੰ ਪਤਾ ਲੱਗਾ, ਦੂਸਰੇ 'ਚ ਕਹਿ ਰਹੇ ਦਿਨ ਨੂੰ ਪਤਾ ਲੱਗਿਆ। ਦੋਨਾਂ ਚੀਜ਼ਾਂ ਚ ਫਰਕ ਉਹਨਾਂ ਨੇ ਆਪ ਹੀ ਪਾ ਦਿੱਤਾ, ਆਪ ਹੀ ਪਾ ਦਿੱਤਾ। ਬਿਲਕੁਲ, ਚਲੋ ਇਸ ਮਾਮਲੇ ਨੂੰ ਆਪ ਐਂਗਲ ਜੋੜੇ ਸੀ ਨਾ ਜੀ, ਜਿਹੜੇ ਤੁਸੀਂ ਐਂਗਲ ਜੋੜੇ ਸੀ, ਐਂਗਲ ਜੋੜ ਕੇ ਤਾਂ ਫਿਰ ਪੁਲ ਬਣਦੇ ਆ ਨਾ। ਨਹੀਂ ਉਹੀ ਚੀਜ਼ ਹੈ ਨਾ ਕਿ ਦੇਖੋ ਅਸੀਂ, ਚਲੋ ਜਿੰਨੀ ਗੱਲ ਮੈਂ ਤਾਂ ਹੁੰਦੀ ਕਿ ਔਨ ਦਾ ਰਿਕਾਰਡ ਜੋ ਕੁਛ ਹੈ, ਇਹਨਾਂ ਦੀ ਇੰਟਰਵਿਊ 'ਚ ਮੈਂ ਕਲਿੱਪਾਂ ਕੱਟੀਆਂ। ਬਿਲਕੁਲ, ਇੰਟਰਵਿਊ 'ਚ ਦੋ, ਕਿਉਂਕਿ ਇਹਨਾਂ ਨੇ ਤੱਤ ਫੱਟ ਬਹੁਤ ਇੰਟਰਵਿਊਜ਼ ਦਿੱਤੀਆਂ, ਮੈਂ ਸਾਰੀਆਂ ਸੁਣ ਕੇ, ਤਾਂ ਦੋ ਇੰਟਰਵਿਊ 'ਚ ਇੰਨਾ ਫਰਕ ਨਜ਼ਰ ਆਇਆ ਮੈਨੂੰ, ਤਾਂ ਮੈਂ ਹੈਰਾਨ ਰਹਿ ਗਿਆ ਕਿ ਇਹ ਕਿੱਦਾਂ ਹੋ ਸਕਦਾ ਕਿ ਕਿਸੇ ਬੰਦੇ ਨੂੰ ਦਿਨ ਤੇ ਰਾਤ ਦਾ ਭੁਲੇਖਾ ਪੈ ਜਾਵੇ, ਇਹ ਕਿੱਦਾਂ ਹੋ ਸਕਦਾ ਕਿਸੇ ਬੰਦੇ ਨੂੰ ਪੁਲਿਸ ਤੇ ਗ੍ਰੰਥੀ ਦਾ ਫਰਕ ਨਾ ਨਜ਼ਰ ਆਵੇ। ਤੋ ਇਸ ਕਰਕੇ ਇਹਨਾਂ ਨੇ ਆਪ ਹੀ ਇਹ ਭੰਬਲ ਭੂਸਾ ਜਿਹੜਾ ਉਹ ਕ੍ਰੀਏਟ ਕਰ ਲਿਆ। ਹੁਣ ਜਵਾਬ ਦੇਣਾ ਔਖਾ ਹੈ, ਪੁਲਿਸ ਕਹਿੰਦੀ ਕਿ ਗ੍ਰਿਫਤਾਰੀ, ਇਹ ਕਹਿੰਦੇ ਕਿ ਸਰੈਂਡਰ, ਜੇ ਸਰੈਂਡਰ ਹੈ ਉਹਦੇ ਤੇ ਇੱਕ ਬਵੰਡਰ ਹੈ। ਇੱਕ ਸਵਾਲ ਹੋਰ ਹੈ, ਦਮਦਮੀ ਟਕਸਾਲ ਦੇ ਮੁਖੀ ਸੰਤ ਜਰਨੈਲ ਸਿੰਘ ਜਿਉਂਦੇ ਤੇ ਮੱਥਾ ਟਿਕਾਉਂਦੇ ਨਹੀਂ ਸੀ, ਅਤੇ ਭਾਈ ਜਿਉਂਦੇ ਤਾਂ ਤੀਰ ਫੜਿਆ ਹੁੰਦਾ ਸੀ ਬਾਬੇ ਨੇ ਮਾਰਦਾ ਇਹ ਕੱਸ ਕੇ, ਕਈਆਂ ਦੇ ਤਾਂ ਪੱਖ ਹੀ ਵੇਖਿਆ ਹੋਣਾ ਵੀਡੀਓ ਦੇ ਵਿੱਚ, ਉਹ ਤਾਂ ਸਾਈਡ 'ਤੇ ਹੋ ਜਾਂਦੇ ਸੀ। ਇਹ ਹੁਣ ਉਹਦੀ ਫੋਟੋ ਨੂੰ ਮੱਥਾ ਟੇਕ ਕੇ ਅਤੇ ਗ੍ਰਿਫਤਾਰੀ, ਬੜਾ ਵੱਡਾ ਸਵਾਲ ਇੱਥੇ ਵੀ, ਇਹ ਵੀ ਇੱਕ ਐਂਗਲ ਡਿਫਰੈਂਟ ਹੈ, ਫੇਰ ਕਰਾਂਗੇ ਗੱਲ। ਭਲਵਾਨ ਕਾਫੀ ਸਖਤੇ 'ਚ ਨੇ, ਸੁਪਰੀਮ ਕੋਰਟ ਜਾ ਪਹੁੰਚੇ ਨੇ, ਇੱਕ ਬੜਾ ਵੱਡਾ ਕੱਦ ਦਾ ਨੇਤਾ ਹੈ, ਮੈਣਾ ਮਾਨੂ ਵਾਲੀ ਸਥਿਤੀ ਬਣੀ ਹੋਈ, ਕੀ ਕਹਿਣਾ ਚਾਹੋਗੇ? ਕਿਉਂਕਿ ਤੁਸੀਂ ਖੇਡ ਪ੍ਰੇਮੀ ਹੋ, ਪਿਆਰ ਕਰਦੇ ਹੋ, ਕੀ ਕਹਿਣਾ ਚਾਹੋਗੇ? ਇਹ ਅੱਗੇ ਵੀ ਧਰਨਾ ਲਾਇਆ ਸੀਗਾ ਭਲਵਾਨਾਂ ਨੇ, ਇਹਦੇ ਵਿੱਚ ਦੋਨੇ ਚੀਜ਼ਾਂ ਨੇ, ਖੇਡ ਵੀ ਆ, ਇਹਦੇ 'ਚ ਰਾਜਨੀਤੀ ਵੀ ਆ, ਤੇ ਰਾਜਨੀਤੀ ਖੁਦ ਇੱਕ ਖੇਡ ਹੈ, ਸਾਰੀਆਂ ਚੀਜ਼ਾਂ ਏਦਾਂ ਹੀ ਆ। ਤਾਂ ਹੁਣ ਇਹ ਜਦੋਂ ਧਰਨੇ ਤੇ ਦੁਬਾਰਾ ਬੈਠੇ, ਪਹਿਲਾਂ ਇਹ ਉੱਠ ਗਏ ਸਨ, ਫਿਰ ਕਮੇਟੀ ਬਣੀ, ਇਹ ਕਹਿੰਦੇ ਕਿ ਕਮੇਟੀ ਦੀਆਂ ਰਿਪੋਰਟਾਂ ਜਿਹੜੀਆਂ ਉਹ ਸਾਨੂੰ ਦੱਸਿਆ ਨਹੀਂ ਗਿਆ, ਕੁਛ ਦਿਖਾਇਆ ਨਹੀਂ ਗਿਆ, ਕੋਈ ਕਾਰਵਾਈ ਨਹੀਂ ਹੋਈ। ਦੁਬਾਰਾ ਜਦੋਂ ਬੈਠੇ ਨੇ ਤਾਂ ਉਸ ਤੋਂ ਬਾਅਦ ਫਿਰ ਇਹਨਾਂ ਨੇ ਮਾਫ਼ੀ ਵੀ ਮੰਗੀ ਜੀ, ਅੱਗੇ ਅਸੀਂ ਖਾ ਪੰਚਾਇਤਾਂ ਨੂੰ ਭਰੋਸੇ 'ਚ ਲਏ ਤੋਂ ਬਿਨਾਂ ਉੱਠ ਗਏ ਸੀਗੇ, ਵਗੈਰਾ ਵਗੈਰਾ ਗੱਲਾਂ। ਤੇ ਹੁਣ ਬਾਅਦ ਦੇ ਵਿੱਚ ਇਹ ਚਲੇ ਗਏ ਨੇ ਸੁਪਰੀਮ ਕੋਰਟ। ਮਸਲਾ ਤੇ ਇਹੀਓ ਸੀਗਾ ਨਾ, ਕਿਉਂਕਿ ਬ੍ਰਿਜ ਭੂਸ਼ਣ ਦਾ ਮੁੰਡਾ ਹੁਣ ਇਸ ਵੇਲੇ ਇਹਨਾਂ ਇਲੈਕਸ਼ਨਾਂ ਦੇ ਵਿੱਚ ਕੁੱਦ ਰਿਹਾ ਸੀਗਾ। ਬ੍ਰਿਜ ਭੂਸ਼ਣ ਇੱਕ ਆਪ ਪਾਵਰ ਹਾਊਸ ਹੈ ਬੰਦਾ, ਸੰਘ ਦੀ ਰਾਜਨੀਤੀ 'ਚ ਜਾਂ ਭਾਜਪਾ ਦੀ ਰਾਜਨੀਤੀ 'ਚ, ਸੰਘ ਦੀ ਵੀ ਰਾਜਨੀਤੀ ਆ ਇੱਕ, ਤੇ ਭਾਰਤੀ ਜਨਤਾ ਪਾਰਟੀ ਦੀ ਰਾਜਨੀਤੀ ਚਲੋ ਕਹਿ ਲੈਂਦੇ ਹਾਂ, ਉਹਦੇ ਵਿੱਚ ਇੱਕ ਪਾਵਰ ਹਾਊਸ ਆ ਬ੍ਰਿਜ ਭੂਸ਼ਣ। ਕਦੇ ਮੈਂ ਖੁੱਲਾ ਸਮਾਂ ਹੋਇਆ ਤੇ ਤੁਹਾਨੂੰ ਦੱਸਾਂਗਾ ਉਹਦੇ ਬਾਰੇ। ਬ੍ਰਿਜ ਭੂਸ਼ਣ ਦਾ ਮੁੰਡਾ ਹੁਣ ਉਹ ਸਾਰੀ ਕਮਾਨ ਸੰਭਾਲਣ ਨੂੰ ਤਿਆਰ ਆ, ਤੇ ਇਹ ਬੇਸਿਕਲੀ ਹਰਿਆਣਾ ਤੇ ਯੂਪੀ ਇੱਕ ਤਰ੍ਹਾਂ ਨਾਲ ਕਹਿ ਲਓ ਕਿ ਉਹ ਆਪਸ ਦੇ ਵਿੱਚ ਉਹ ਮਸਲਾ ਵੀ ਹੈ। ਸੋ ਭਲਵਾਨ ਗਏ ਨੇ ਹੁਣ ਸੁਪਰੀਮ ਕੋਰਟ, ਤੇ ਸੁਪਰੀਮ ਕੋਰਟ ਨੇ ਵਕਤੀ ਤੌਰ ਤੇ ਰੋਕ ਲਾ ਦਿੱਤੀ ਆ, ਤੇ ਜੋ ਹੈਗੀ ਆ ਭਾਰਤੀ ਓਲੰਪਿਕ ਸੰਘ ਉਹਨਾਂ ਨੇ ਐਡਾਹਕ ਕਮੇਟੀ ਬਣਾ ਦਿੱਤੀ ਆ ਕਿ ਜੋ ਵੀ ਕੁਸ਼ਤੀ ਫੈਡਰੇਸ਼ਨ ਚੱਲੇਗੀ ਉਹ ਐਡਾਹਕ ਕਮੇਟੀ ਦੇ ਮਾਰਫਤ ਚੱਲੇਗੀ। ਸੋ ਇਹ ਹੁਣ ਤੱਕ ਦੀ ਅਪਡੇਟ ਹੈ ਇਸ ਮਾਮਲੇ 'ਚ। ਪੰਜਾਬ ਯੂਨੀਵਰਸਿਟੀ ਦੇ ਕਰਮਚਾਰੀਆਂ ਦੇ ਚਿਹਰੇ 'ਤੇ ਰੌਣਕਾਂ ਆ ਗਈਆਂ ਨੇ, ਇਹਦੇ ਬਾਰੇ ਵੀ ਕਰ ਲਈਏ, ਕਿਉਂਕਿ ਰੌਣਕਾਂ ਲਾ ਕੇ ਫਿਰ ਅੱਗੇ ਲੈਂਦੇ ਹਾਂ। ਹਾਂਜੀ ਬਿਲਕੁਲ, ਇਹ ਯੂਨੀਵਰਸਿਟੀ ਦਾ ਮਸਲਾ ਹੈ। ਪੰਜਾਬੀ ਯੂਨੀਵਰਸਿਟੀ ਡੁੱਬ ਰਹੀ ਸੀ, ਚੰਗਾ ਕੰਮ ਕੀਤਾ ਇਹਨਾਂ ਨੇ, ਆਮ ਆਦਮੀ ਪਾਰਟੀ ਵਾਲਿਆਂ ਨੇ ਬਹੁਤ ਵਧੀਆ ਕੰਮ ਕੀਤਾ। ਤਾਂ ਇਹਨਾਂ ਨੇ ਉਹ ਜਿਹੜੀ ਉਹਨਾਂ ਦੀ ਗ੍ਰਾਂਟ ਸੀਗੀ ਉਹ ਪਹਿਲਾਂ ਤਾਂ ਠੀਕ ਆ ਇਹਨਾਂ ਨੇ ਕੱਟ ਲਾਇਆ, ਪਰੰਤੂ ਬਾਅਦ ਦੇ ਵਿੱਚ ਜਦੋਂ ਰੌਲਾ ਪਿਆ, ਧਰਨਾ ਤੁਰਨਾ ਹੋਇਆ, ਸਾਡੇ ਵਰਗਿਆਂ ਨੇ ਵੀ ਦਵਾਈ ਦਿੱਤੀ ਨਿੱਕੇ ਮੋਟੇ ਲੋਕਾਂ ਨੇ, ਤਾਂ ਫਿਰ ਇਹਨਾਂ ਨੇ ਉਹ ਕਰ ਦਿੱਤਾ ਸੀਗਾ ਕਿ ਅਸੀਂ ਤਮਾਹੀ ਦੀ ਤਮਾਹੀ ਤੁਹਾਨੂੰ ਫੁੱਲ ਗ੍ਰਾਂਟ ਦੇਵਾਂਗੇ। ਤਾਂ ਇਹ ਜਿੰਨੀ ਗ੍ਰਾਂਟ ਇਹਨਾਂ ਨੂੰ ਰਿਕੁਆਇਰ ਸੀਗੀ, ਜਿੰਨੀ ਦਰਕਾਰ ਸੀਗੀ, ਉਹ ਉਹਨਾਂ ਨੇ ਦੇਣੀ ਸ਼ੁਰੂ ਕਰ ਦਿੱਤੀ ਆ। ਮਤਲਬ ਕਿ ਟੋਟਲੇ ਕਹਿੰਦੇ ਕਿ ਸਾਡਾ 30 ਕਰੋੜ ਰੁਪਈਆ ਮਹੀਨੇ ਦਾ ਖਰਚਾ ਹੈ। ਅੱਛਾ ਜੀ, ਤੇ ਵੈਸੇ ਉਦਾਂ ਗ੍ਰਾਂਟ ਜਿਹੜੀ ਆਉਣੀ ਸੀਗੀ ਉਹ ਲਾ ਲਓ ਕਿ ਕੋਈ 10-12-15 ਕਰੋੜ ਦੇ ਆਸ ਪਾਸ ਮੰਥਲੀ ਰਹਿੰਦੀ ਆ, ਤੇ ਉਹ ਕਹਿੰਦੇ ਕਿ ਜਿਹੜਾ ਗੈਪ ਆ ਤੇ ਉਹਦੇ ਤੇ ਹੁਣ ਕਿੱਦਾਂ ਕਰੀਏ, ਕਿਉਂਕਿ 150 ਕਰੋੜ ਰੁਪਈਆ ਪਹਿਲਾਂ ਹੀ ਯੂਨੀਵਰਸਿਟੀ ਦੇ ਸਿਰ ਤੇ ਕਰਜ਼ਾ ਆਇਆ। ਇਸ ਕਰਕੇ ਉਹ ਇੱਕ ਆਰਥਿਕ ਕ੍ਰਾਈਸਿਸ ਸੀਗਾ, ਸੰਕਟ ਸੀਗਾ, ਤਾਂ ਜਿਹਦੇ 'ਚ ਇਹਨਾਂ ਨੇ ਯੂਨੀਵਰਸਿਟੀ ਨੂੰ ਉਭਾਰਦਿਆਂ ਕਿਹਾ ਕਿ ਤਮਾਹੀ ਦੀ ਤਮਾਹੀ ਤੁਸੀਂ ਆਪਣੇ ਪੈਸੇ ਫੜੋ ਤੇ ਆਪਣਾ ਕੰਮ ਚਲਾਓ, ਮਤਲਬ ਕਿ ਜਿੰਨੀ ਤੁਹਾਡੀ ਰਿਕੁਆਇਰਮੈਂਟ ਆ।
ਸੋ ਫੁਲਫਿਲ ਕਰ ਦਿੱਤੀ ਇਹਨਾਂ ਨੇ ਉਹ ਪੈਸੇ ਆ ਗਏ ਉਹਦੇ ਨਾਲ ਕੀ ਹੈ ਕਿ ਯੂਨੀਵਰਸਿਟੀ ਵੱਲੋਂ ਜਿਹੜੀਆਂ ਤਨਖਾਹਾਂ ਤੇ ਪੈਨਸ਼ਨਾਂ ਸੀ ਉਹ ਵੇਲੇ ਨਾਲ ਡਨ ਕਰ ਦਿੱਤੀਆਂ ਤੇ ਲੋਕ ਬਾਗੋ ਬਾਗ ਨੇ ਬਾਗੋ ਬਾਗ ਯੂਨੀਵਰਸਿਟੀ ਦੇ ਸਟੂਡੈਂਟ ਬਹੁਤ ਬਹੁਤ ਧੰਨਵਾਦ ਥੈਂਕ ਯੂ ਸਤਿ ਸ੍ਰੀ ਅਕਾਲ ਤੁਸੀਂ ਸੁਣ ਰਹੇ ਹੋ ਚਾਵਲਾ ਨਿਊਜ਼ ਨੈਟਵਰਕ ਟੋਰਾਂਟੋ CNN ਟੋਰਾਂਟੋ